ਕੈਨੇਡਾ ਦੇ ਵਿੱਚ ਇਸ ਵੇਲੇ ਕਿਹਾ ਜਾ ਰਿਹਾ ਕਿ ਮੰਦਵਾੜਾ ਆ ਪੂਰੀ ਦੁਨੀਆ ਦੇ ਵਿੱਚ ਹੀ ਇਸ ਵੇਲੇ ਰੈਸੈਸ਼ਨ ਦੀ ਗੱਲਬਾਤ ਚੱਲ ਰਹੀ ਆ ਤੇ ਜਿਹੜੇ ਯੰਗ ਕੈਨੇਡੀਅਨਸ ਨੇ ਉਹ ਇਸ ਵੇਲੇ ਬਹੁਤ ਜ਼ਿਆਦਾ ਆਸ਼ਾਵਾਦੀ ਨਹੀਂ ਆ ਅਗਲੇ ਸਾਲ ਦੇ ਲਈ ਕਿ 2023 ਦੇ ਵਿੱਚ ਸਿਚੁਏਸ਼ਨ ਬਹੁਤ ਜ਼ਿਆਦਾ ਚੰਗੀ ਹੋ ਜੂਗੀ ਇਸ ਗੱਲ ਦੇ ਲਈ ਯੰਗ ਕੈਨੇਡੀਅਨ ਬਹੁਤੇ ਆਸਵੰਦ ਨਹੀਂ ਆ ਇਹ ਜਿਹੜਾ ਇੱਕ ਸਰਵੇ ਕੀਤਾ ਆ ਜਿਹੜਾ ਲੈਜਰ ਦਾ ਸਰਵੇ ਹੈ ਉਹਨਾਂ ਨੇ ਇਹ ਆਪਣੀ ਰਿਪੋਰਟ ਦੇ ਵਿੱਚ ਗੱਲਬਾਤ ਦੱਸੀ ਹੈ ਲੈਜਰ ਦਾ ਲੇਟੈਸਟ ਯੂਥ ਸਟਡੀ ਰਿਪੋਰਟ ਜਿਹੜੀ ਹੈ ਉਹਨਾਂ ਨੇ ਕੱਲ ਵੀਰਵਾਰ ਨੂੰ ਜਾਰੀ ਕੀਤੀ ਹੈ ਉਹਨਾਂ ਨੇ 3000 ਦੇ ਕਰੀਬ ਕੈਨੇਡੀਅਨਸ ਨੂੰ ਪੁੱਛਿਆ ਜਿਨ੍ਹਾਂ ਦੀ ਉਮਰ 15 ਤੋਂ ਜਿਹੜੀ 15 ਸਾਲ ਤੋਂ 39 ਦੇ ਵਿੱਚ ਸੀਗੀ ਤੇ ਉਹਨਾਂ ਨੂੰ ਕਈ ਫਾਈਨੈਂਸ ਸੰਬੰਧੀ ਉਹਨਾਂ ਨੇ ਕੁਐਸਚਨ ਪੁੱਛਿਆ ਤੇ ਜਿਹਦੇ ਵਿੱਚ ਉਹਨਾਂ ਨੇ ਇਹ ਪੁੱਛਿਆ ਕਿ ਤੁਸੀਂ ਜਿਹੜਾ ਕੀ ਸੋਚਦੇ ਆ ਅਗਲੇ ਆਉਣ ਵਾਲੇ ਸਾਲਾਂ ਦੇ ਲਈ ਤੇ ਜਿਹਦੇ ਵਿੱਚ ਉਹਨਾਂ ਨੇ ਸਰਵੇ ਕੰਡਕਟ ਕੀਤਾ ਸਤੰਬਰ 27 ਤੋਂ ਲੈ ਕੇ ਅਕਤੂਬਰ 11 ਤੱਕ 74% ਜਿਹੜੇ ਜਨਰੇਸ਼ਨ ਜੀ ਵਾਲੇ ਆ ਜਨਰੇਸ਼ਨ ਜੀ ਜਿਨ੍ਹਾਂ ਦਾ ਜਨਮ 1997 ਤੋਂ ਲੈ ਕੇ 2012 ਦੇ ਵਿਚਕਾਰ ਹੋਇਆ ਜਾਂ ਮਿਲੇਨੀਅਲ ਕੈਨੇਡੀਅਨਸ ਨੇ ਮਿਲੇਨੀਅਲ ਲੋਨ ਨੇ ਉਹਨਾਂ ਨੂੰ ਕਹਿੰਦੇ ਨੇ ਜਿਨ੍ਹਾਂ ਦਾ ਜਨਮ 1981 ਤੋਂ ਲੈ ਕੇ 1996 ਦੇ ਵਿਚਕਾਰ ਹੋਇਆ ਉਹ ਕਹਿੰਦੇ ਆ ਕਿ ਦੇਸ਼ ਦੀ ਆਰਥਿਕ ਹਾਲਤ ਬਹੁਤ ਜ਼ਿਆਦਾ ਆਉਣ ਵਾਲੇ ਸਾਲ ਦੇ ਵਿੱਚ ਬਦਲਣੀ ਨਹੀਂ ਆ। ਇਹ ਜਿਹੜੇ ਇੱਕ ਬਹੁਗਿਣਤੀ ਇਸ ਗੱਲ ਦੇ ਵਿੱਚ ਯਕੀਨ ਕਰਦੀ ਆ 73% ਦੇ ਕਰੀਬ ਇਸ ਗੱਲ ਦੇ ਵਿੱਚ ਵੀ ਯਕੀਨ ਕਰਦੇ ਆ ਕਿ ਕੈਨੇਡਾ ਦੀ ਪੋਲਿਟੀਕਲ ਸਿਚੁਏਸ਼ਨ 23 ਦੇ ਵਿੱਚ ਥੋੜੀ ਜੀ ਚੰਗੀ ਹੋ ਜਾਊਗੀ। ਸੋ ਇਹ ਜਿਹੜੀ 73% ਇਸ ਵੇਲੇ ਕਹਿ ਰਿਹਾ ਜਦੋਂ ਕਿ ਪਈ ਪਿਛਲਾ ਜਿਹੜਾ ਸਰਵੇ ਕੀਤਾ ਗਿਆ ਸੀ ਉਹਦੇ ਵਿੱਚ 77% ਕਹਿ ਰਹੇ ਆ ਇਸ ਵੇਲੇ ਕਈ ਕਿਸਮ ਦੇ ਹਾਲਾਤ ਨੇ ਕੈਨੇਡਾ ਦੇ ਵਿੱਚ ਇਹ ਕਿਉਂ ਚੀਜ਼ ਮਹੱਤਵਪੂਰਨ ਆ ਕਿਉਂਕਿ ਜਿਹੜੇ ਸਾਡੇ ਵਿਰੋਧੀ ਧਿਰ ਦੇ ਆਗੂ ਨੇ ਕੈਨੇਡਾ ਦੇ ਕੰਜ਼ਰਵਟਿਵ ਪਾਰਟੀ ਦੇ ਲੀਡਰ ਪੀਅਰ ਪੋਲੀਵ ਉਹਨਾਂ ਨੇ ਮਤਲਬ ਬਿਲਕੁਲ ਸਿੱਧਾ-ਸਿੱਧਾ ਬਿਆਨ ਦੇ ਕੇ ਕਿਹਾ ਕਿ ਕੈਨੇਡਾ ਇਸ ਵੇਲੇ ਟੁੱਟ ਚੁੱਕਾ ਬੁਰੀ ਤਰ੍ਹਾਂ ਕੈਨੇਡਾ ਇਸ ਬ੍ਰੋਕਨ ਤੇ ਵੀ ਸ ਕੋਈ ਸਿਸਟਮ ਹੀ ਨਹੀਂ ਕੰਮ ਕਰ ਰਿਹਾ ਕਿਤੇ ਡਿਲੇ ਆ ਕਿਤੇ ਮਤਲਬ ਨਿਆਣਿਆਂ ਦੇ ਬੁਖਾਰ ਦੀ ਦਵਾਈ ਨਹੀਂ ਮਿਲ ਰਹੀ ਕਿਤੇ ਜਿਹੜਾ ਵੇਟਿੰਗ ਰੂਮ ਇੰਨਾ ਜਿਹੜੀ ਵੇਟ ਟਾਈਮ ਇੰਨਾ ਜ਼ਿਆਦਾ ਹਸਪਤਾਲਾਂ ਦੇ ਵਿੱਚ ਪਾਸਪੋਰਟਾਂ ਦੇ ਵਿੱਚ ਤੇ ਇਸ ਗੱਲ ਦਾ ਫਿਰ ਸਾਡੇ ਜਿਹੜੇ ਪ੍ਰਧਾਨ ਮੰਤਰੀ ਨੇ ਜਸਟਨ ਟੂ ਟ ਉਹਨਾਂ ਨੇ ਬਹੁਤ ਸਖਤ ਜਵਾਬ ਦਿੱਤਾ ਸੀ ਕਿ ਠੀਕ ਆ ਤੁਸੀਂ ਕੁਝ ਵੀ ਕਹਿ ਸਕਦੇ ਆ ਪਰ ਜਦੋਂ ਤੁਸੀਂ ਕੈਨੇਡਾ ਨੂੰ ਬਰੋਕਰ ਨਹੀਂ ਕਹਿ ਸਕਦੇ ਇਹ ਕੰਟਰੀ ਦੇ ਬਾਰੇ ਤੁਸੀਂ ਇਸ ਤਰ੍ਹਾਂ ਨਹੀਂ ਕਹਿ ਸਕਦੇ ਉਹ ਕਹਿੰਦੇ ਅਸੀਂ ਬਿਲਕੁਲ ਵੀ ਸਾਡੇ ਨਾਲ ਕੋਈ ਵੀ ਇਦਾਂ ਦੀ ਗੱਲਬਾਤ ਨਹੀਂ ਹੈ ਸਮੱਸਿਆ ਸਾਰੀ ਦੁਨੀਆ ਨੂੰ ਆਈ ਹੈ ਉਹਦੇ ਵਿੱਚ ਵੀ ਅਸੀਂ ਲੰਘ ਰਹੇ ਆ ਇਸ ਸਿਚੁਏਸ਼ਨ ਦੇ ਵਿੱਚ ਕੈਨੇਡਾ ਦੇ ਨੌਜਵਾਨ ਕੀ ਸੋਚਦੇ ਆਉਣ ਵਾਲੇ ਸਾਲਾਂ ਦੇ ਵਿੱਚ ਇਹ ਗੱਲ ਬਹੁਤ ਮਹੱਤਵਪੂਰਨ ਹੋ ਜਾਂਦੀ ਆ ਤੇ ਓਵਰ ਆਲ ਜਿਹੜੇ ਹੈਗੇ ਆ ਬਹੁਤੇ ਇਸ ਗੱਲ ਦੇ ਲਈ ਆਸਵੰਦ ਨਹੀਂ ਆ ਕਿ ਆਉਣ ਵਾਲੇ ਸਾਲ ਦੇ ਵਿੱਚ ਜਿਹੜਾ ਹਾਲਾਤ ਨੇ ਕੈਨੇਡਾ ਦੇ ਆਰਥਿਕ ਹਾਲਾਤ ਨੇ ਉਹ ਜ਼ਿਆਦਾ ਚੰਗੇ ਹੋ ਜਾਣਗੇ ਜਾਂ ਕੋ ਬਹੁਤ ਬੇਤਰ ਇਹਦੇ ਵਿੱਚ ਹੋ ਜਾਣਗੇ ਇਸ ਗੱਲ ਤੋਂ ਬਹੁਤ ਆਸਬੰਦ ਇਹ ਨੌਜਵਾਨ ਨਹੀਂ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ